ਹੈਲੋ। ਹੈਲੋ, ਹਾਂਜੀ ਹਰਮਨ। ਹਾਂਜੀ ਕੌਣ ਜੀ? ਲੋਰੈਂਸ ਬੋਲਦਾ। ਸਤਿ ਸ਼੍ਰੀ ਅਕਾਲ ਦੋਸਤੋ। ਅਮਰੀਕਾ ਦੇ ਕੈਲੀਫੋਰਨੀਆ ਵਿੱਚ ਰਹਿਣ ਵਾਲੇ ਪ੍ਰਮੋਟਰ ਰਮਨ ਸਿੱਧੂ ਦੇ ਘਰ ਗੋਲੀਆਂ ਚੱਲਣ ਤੋਂ ਬਾਅਦ ਇੱਕ ਕਾਲ ਰਿਕਾਰਡਿੰਗ ਸਾਹਮਣੇ ਆਈ ਹੈ ਜਿਸ ਵਿੱਚ ਲਾਰੈਂਸ ਬਿਸ਼ਨੋਈ ਉਸ ਨੂੰ ਧਮਕੀ ਦੇ ਰਿਹਾ ਹੈ। ਦੋਵਾਂ ਦੇ ਵਿੱਚ ਡਿਟੇਲ ਨਾਲ ਗੱਲ ਹੁੰਦੀ ਹੈ ਤੇ ਲਾਰੈਂਸ ਬਿਸ਼ਨੋਈ ਆਪਣੀ ਪਹਿਚਾਣ ਦੱਸਣ ਲਈ ਵੀਡੀਓ ਕਾਲ ਵੀ ਉਸ ਨੂੰ ਕਰਦਾ ਹੈ ਤੇ ਉਹ ਸਕਰੀਨਸ਼ਾਟ ਲੈ ਕੇ ਵੀ ਗਰੁੱਪ ਵਿੱਚ ਪਾਉਂਦਾ ਹੈ। ਫਿਲਹਾਲ ਇਹ ਖਬਰ ਅਤੇ ਇਹ ਰਿਕਾਰਡਿੰਗ ਦੋਨੋਂ ਹੀ ਵਟਸਐਪ ਤੇ ਅਤੇ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ, ਜਿਸ ਵਿੱਚ ਕਿ ਰਮਨ ਸਿੱਧੂ ਨੂੰ ਲਾਰੈਂਸ ਬਿਸ਼ਨੋਈ ਵੱਲੋਂ ਫੋਨ ਆਉਂਦਾ ਹੈ ਤੇ ਰਮਨ ਸਿੱਧੂ ਉਸ ਨੂੰ ਕਹਿੰਦਾ ਹੈ ਕਿ ਮੈਂ ਕਿਵੇਂ ਯਕੀਨ ਕਰਾਂ ਕਿ ਤੂੰ ਲਾਰੈਂਸ ਹੀ ਬੋਲ ਰਿਹਾ ਹੈ। ਤਾਂ ਲਾਰੈਂਸ ਬਿਸ਼ਨੋਈ ਉਸ ਨੂੰ ਫਿਰ ਵੀਡੀਓ ਕਾਲ ਕਰਦਾ ਹੈ ਤੇ ਉਸ ਤੋਂ ਬਾਅਦ ਉਹ ਫਿਰ ਸਕਰੀਨਸ਼ਾਟ ਲੈ ਕੇ ਉਸ ਗੱਲ ਦੀ ਪੁਸ਼ਟੀ ਕਰਦਾ ਹੈ। ਉਸ ਤੋਂ ਬਾਅਦ ਵੀ ਫਿਰ ਕਾਲ ਹੁੰਦੀ ਹੈ, ਜੋ ਕਾਲ ਹੁੰਦੀ ਹੈ ਉਹ ਸਾਰੀ ਰਿਕਾਰਡ ਹੋ ਜਾਂਦੀ ਹੈ ਤੇ ਇਹ ਰਿਕਾਰਡਿੰਗ ਇਸ ਵਕਤ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਘੁੰਮ ਰਹੀ ਹੈ। ਸਭ ਤੋਂ ਪਹਿਲਾਂ ਤੁਸੀਂ ਵੀ ਧਿਆਨ ਨਾਲ ਦੇਖੋ ਇਹ ਵੀਡੀਓ ਅਤੇ ਸੁਣੋ ਇਹ ਕਾਲ ਰਿਕਾਰਡਿੰਗ। ਹੈਲੋ। ਹੈਲੋ, ਹਾਂਜੀ ਹਰਮਨ। ਹਾਂਜੀ ਕੌਣ ਜੀ? ਲੋਰੈਂਸ ਬੋਲਦਾ। ਯਾਰ ਆਈ ਡੋਂਟ ਨੋ ਤੁਸੀਂ ਕੌਣ ਹੋ, ਹੈ ਨਾ। ਪਹਿਲੀ ਗੱਲ ਆ ਕਿ ਮੇਰੀ ਭਾਨੇ ਨਾਲ ਅਤੇ ਤਲਵੀਰੇ ਨਾਲ ਗੱਲ ਹੋ ਗਈ, ਹੈ ਨਾ। ਉਹ ਕਹਿੰਦੇ ਵੀ ਅਸੀਂ ਲਾਰੈਂਸ ਨਾਲ ਗੱਲ ਕਰ ਲਈ ਆ, ਉਹ ਫੋਨ ਨਹੀਂ ਕਰ ਰਿਹਾ। ਹੁਣ ਮੈਨੂੰ ਇਹ ਨਹੀਂ ਪਤਾ ਵੀ ਤੁਸੀਂ ਓਰਿਜਨਲੀ ਲਾਰੈਂਸ ਹੋ ਜਾਂ ਕੋਈ ਹੋਰ ਆ। ਜੇ ਓਰਿਜਨਲੀ ਆ ਉਹ ਤਾਂ ਫਿਰ ਭਾਨੇ ਨਾਲ ਆਲਰੇਡੀ ਸਾਡੀ ਗੱਲ ਹੋ ਗਈ, ਉਹ ਕਹਿੰਦਾ ਮੈਂ ਕਰ ਲਈ ਆ ਗੱਲ। ਭਾਨੇ ਨਾਲ ਤੇਰੀ ਗੱਲ ਕਿਵੇਂ? ਭਾਨੇ ਇੱਕ ਵਾਰ ਤੂੰ ਆ ਚੱਕ ਵੀਡੀਓ ਕਾਲ ਚੱਕ ਲੈ, ਸ਼ਕਲ ਵੇਖ ਜੂ ਤੈਨੂੰ। ਲਾ ਲਓ ਵੀਡੀਓ ਕਾਲ ਕੱਟ ਕੇ। ਹਾਂਜੀ ਸ਼ਕਲ ਵੇਖ ਗਈ ਮੇਰੀ? ਹਾਂਜੀ ਹਾਂਜੀ ਦੇਖ ਗਈ, ਦੇਖ ਗਈ। ਹੁਣ ਆਡੀਓ ਲਾ। ਓਕੇ ਲਾਰੋ ਸਾ। ਹਾਂਜੀ ਹਾਂਜੀ ਹੈਲੋ। ਗੱਲ ਐਦਾਂ, ਹਾਂ ਹਾਂ ਗੱਲ ਸੀ ਐਦਾਂ। ਹਾਂਜੀ ਭਾਨਾ ਵੀਰ ਮੇਰਾ ਹੈ ਵੱਡਾ ਭਰਾ, ਛੱਡੋ ਦੀ ਗੱਲ ਛੱਡ, ਤੂੰ ਕੋਈ ਗੱਲ ਹੋਈ ਤੇ ਮੈਂ ਆਪੇ ਕਰ ਲੂੰਗਾ। ਹਾਂਜੀ ਹਾਂਜੀ ਲਾਰੈਂਸ ਬਿਸ਼ਨੋਈ ਮੈਨੂੰ ਕਿਉਂ ਕਾਲ ਕਰੂਗਾ, ਹੈ ਨਾ। ਠੀਕ ਹੈ, ਚਲੋ ਅਗਰ ਕਾਲ ਵੀ ਕਰਨੀ ਹੋਊ ਤਾਂ ਸਿੱਧਾ ਕਰ ਲੂ। ਦੂਜੀ ਚੀਜ਼, ਮੈਂ ਗਾਲ ਨੀ ਕੱਢੀ, ਮੈਂ ਸਿੱਧਾ ਕਿ ਮੈਂ ਕਿਹਾ ਬਈ ਮੇਰੀ ਭਾਨੇ ਨਾਲ ਤੇ ਤਲਵੀਰੇ ਨਾਲ ਗੱਲ ਹੋ ਗਈ ਆ ਤੇ ਟੀਨੂੰ ਜਿਹੜਾ ਮੁੰਡਾ ਨੀ ਤੁਹਾਡਾ, ਟੀਨੂੰ ਫਰੈਂਡ ਆ, ਟੀਨੂੰ ਨਾਲ ਵੀ ਹੋਈ ਆ। ਠੀਕ ਹੈ, ਤਿੰਨਾਂ ਬੰਦਿਆਂ ਨਾਲ ਸਾਡੀ ਗੱਲ ਹੋਈ ਆ। ਉਹ ਕਹਿੰਦੇ ਵੀ ਜੇ ਲਾਰੈਂਸ ਕਾਲ ਕਰੂਗਾ ਤੁਸੀਂ ਸਾਡਾ ਨਾਂ ਲੈ ਦਿਓ, ਗੱਲ ਕਰ ਲਿਓ, ਕੋਈ ਚੱਕਰ ਨਹੀਂ ਹੈਗਾ, ਨੋ ਵਰੀ, ਕਿਉਂਕਿ ਭਾਨੇ ਨਾਲ ਤਾਂ ਸਾਡਾ ਬਹੁਤ ਹੀ ਜ਼ਿਆਦਾ ਪਿਆਰ ਆ। ਹੁਣ ਗੱਲ ਇੱਦਾਂ ਹੈ, ਜਿਹੜਾ ਮੇਰੇ ਵੀਰਾਂ ਨੇ ਤੈਨੂੰ ਗੱਲ ਕਹੀ ਆ, ਹਾਂ, ਜਿਨ੍ਹਾਂ ਦਾ ਤੂੰ ਨਾਂ ਲਿਆ ਮੇਰੇ ਭਰਾ, ਮੈਂ ਆਪੇ ਗੱਲ ਕਰਦਾ। ਹਾਂਜੀ ਤੁਸੀਂ ਦੇਖੋ ਉਹਨਾਂ ਨਾਲ ਗੱਲ ਕਰ ਲਓ, ਤੁਹਾਨੂੰ ਆਪੇ ਜੇ ਤੇਰੇ ਆਹ ਫਤੂਰ ਆ ਅਮਰੀਕਾ ਵਾਲਾ। ਹਾਂਜੀ ਕੋਈ ਗੱਲ ਨੀ, ਆਹ ਵੀ ਦਿਮਾਗ ਤੇ ਰੱਖੇ ਕਿ ਮੈਂ ਅਮਰੀਕਾ ਬੈਠਾ, ਇਹ ਰੱਖੇ ਦਿਮਾਗ ਤੇ। ਦੇਖੋ ਅਮਰੀਕਾ ਲਾਰੈਂਸ ਬਾਈ, ਅਮਰੀਕਾ ਦੀ ਤਾਂ ਕੋਈ ਚੱਕਰ ਨਹੀਂ, ਜੇ ਇੰਡੀਆ ਵਾਲਾ ਹੋਇਆ ਮੈਂ ਤੇ ਇੰਡੀਆ ਵਾਲਾ, ਇਹ ਗੱਲ ਯਾਦ ਰੱਖ ਲਈ, ਪੰਜਾਬ ਦੀਆਂ ਪਚਕਾਲੀਆਂ ਚ ਹੋਲੀ ਖਡਾਉਣਾ ਮੈਂ, ਇਹ ਗੱਲ ਯਾਦ ਰੱਖ ਲਈ। ਮੇਰੀ ਗੱਲ ਸੁਣੋ, ਨਾ ਤਾਂ ਗੱਲ ਤੇਜ਼ਾਬ ਦੀ ਨਾ ਹੋਰ ਆ। ਪਹਿਲੀ ਗੱਲ ਆ, ਜਿਹੜੇ ਬੰਦੇ ਤੁਹਾਨੂੰ ਕਹਿੰਦੇ ਨਾ ਗਾਲ ਕੱਢੀ ਆ, ਉਹਨੂੰ ਕਹੋ ਕਿ ਜਿਹੜੇ ਵੀ ਉਹ ਦੀਨ ਮਾਨ ਨੂੰ ਧਰਮ ਨੂੰ ਮੰਨਦਾ ਇੱਕ ਵਾਰੀ ਕਸਮ ਖਾ ਕੇ ਕਹਿ ਦੇਵੇ ਗਾਲ ਕੱਢੀ ਆ। ਠੀਕ ਹੈ, ਤੁਸੀਂ ਮੈਨੂੰ ਫੋਨ ਲਾਇਆ, ਮੈਂ ਕਿਹਾ ਵੀ ਮੈਨੂੰ ਕਿਉਂ ਲਾਓ, ਮੈਂ ਤੁਹਾਨੂੰ ਗਾਲ ਕੱਢੀ। ਠੀਕ ਹੈ, ਮੈਂ ਕਿਹਾ ਵੀ ਮੈਨੂੰ ਆਵਾਜ਼ ਨਹੀਂ ਸਮਝ ਆ ਰਹੀ, ਸਿੱਧੀ ਫੋਨ ਲਾ ਲਓ। ਤੁਸੀਂ ਵੀਡੀਓ ਕਾਲ ਲਾਈ, ਮੈਂ ਕੋਈ ਗਾਲ ਕੱਢੀ ਤੁਹਾਨੂੰ? ਵੀਡੀਓ ਕਾਲ ਤਾਂ ਬਾਅਦ ਚੋਂ ਲਾਈ ਆ।
ਪਤਾ ਭਰਾ ਜੀ ਨੇ ਫੋਨ ਕੀਤਾ ਤੈਨੂੰ, ਆਪਾਂ ਤਾਂ ਉਹਨਾਂ ਨੂੰ ਵੀ ਨੀ ਕੱਢੀ, ਆਪਾਂ ਤਾਂ ਉਹਨਾਂ ਨੂੰ ਗੱਲ ਕਹੀ, ਆਪਾਂ ਤਾਂ ਉਹਨਾਂ ਨੂੰ ਇੱਕੋ ਗੱਲ ਕਹੀ ਆ, ਕੋਈ ਨੀ ਆਪਦਾ ਅੱਜ ਤੋਂ ਬਾਅਦ ਨਾ ਤਾਂ ਮੈਂ ਫੋਨ ਕਰਦਾ, ਨਾ ਮੈਨੂੰ ਕਦੇ ਕਰੀ ਫੋਨ, ਮੈਨੂੰ ਪਤਾ ਮੈਨੂੰ ਪਤਾ। ਸੋ ਜੇ ਕਹੋ ਤਾਂ ਮੈਂ ਉਹਨਾਂ ਨੂੰ ਕਹਿ ਦੂ, ਦੇਖੋ ਮੈਂ ਮੇਰੇ ਮੈਨੂੰ ਉਹ ਕਹਿ ਰਹੇ ਪੈਸੇ ਦਵਾ ਕਰੋ ਕਰ ਯਾਰ, ਆਪਣੇ ਕੋਲ ਤਾਂ ਆਪਦੇ ਕੋਲ ਨੀ, ਆਪਣਾ ਤਾਂ ਆਪਦਾ ਰੋਜੀ ਰੋਟੀ ਵਧੀਆ ਚੱਲਦੀ ਹੈ, ਰੋਟੀ ਪਾਣੀ ਖਾਈਦਾ ਹਨਾ। ਸੋ ਮੈਨੂੰ ਨਹੀਂ ਪਤਾ ਤੁਹਾਨੂੰ ਮੇਰਾ ਨੰਬਰ ਕਿਹਨੇ ਦਿੱਤਾ, ਕਿਹਨੇ ਕੌਣ ਗੱਲਾਂ, ਸਾਡੇ ਤੋਂ ਤਾਂ ਬੜੇ ਉੱਤੇ ਉੱਤੇ ਬੈਠੇ ਅਮਰੀਕਾ ਦੇ ਵਿੱਚ, ਅਸੀਂ ਤਾਂ ਫਿਰ ਨਵੇਂ ਨਵੇਂ ਗਏ ਹਾਂ, ਹਜੇ 5-7 ਸਾਲ ਹੋਏ ਸਾਨੂੰ ਤਾਂ ਗਿਆ ਨੂੰ, ਅਸੀਂ ਤਾਂ ਹੁਣੇ ਗਏ ਹਾਂ ਹਜੇ ਹਨਾ। ਅਤੇ ਬਾਕੀ ਤੁਸੀਂ ਕੋਈ ਚੱਕਰ ਨਹੀਂ ਹੈਗਾ, ਜਿੱਦਾਂ ਵੀ ਕਹੋਗੇ ਆਪਾਂ ਤੁਹਾਡੇ ਨਾਲ ਹੀ ਹਾਂ, ਆਪਾਂ ਕਿਹੜਾ ਕੋਈ ਪਾ ਚੱਲੇ ਹਾਂ, ਇੰਡੀਆ ਵੀ ਆਈ ਜਾਈਦਾ ਵਾ, ਇੱਥੇ ਵੀ ਰਹੀਦਾ ਵਾ। ਚਲੋ ਅਮਰੀਕਾ 'ਚ ਤਾਂ ਆਪਾਂ ਨੂੰ ਕੋਈ ਐਡਾ ਨਹੀਂ ਹੁੰਦਾ ਗਾ, ਚਲੋ ਇੰਡੀਆ ਤਾਂ ਆਈਦਾ ਹੀ ਆ। ਅਗਰ ਮੈਂ ਕਨਫਰਮ ਨਾ ਕਰਨਾ ਹੁੰਦਾ ਮੈਂ ਭਾਨੇ ਨੂੰ ਕਿਉਂ ਫੋਨ ਲਾਉਂਦਾ ਬ੍ਰਦਰ, ਤੁਸੀਂ ਇੱਕ ਗੱਲ ਦੱਸੋ, ਤੁਸੀਂ ਮੈਨੂੰ ਜਿਹੜੀ ਰਿਕਾਰਡਿੰਗ ਭੇਜੀ ਉਹ ਚ ਕਹਿ ਕੇ ਮੇਰੀ ਆਵਾਜ਼ ਕਨਫਰਮ ਕਰ ਲਓ, ਤੁਸੀਂ ਇਹ ਦੱਸੋ ਵੀ ਮੇਰਾ ਹੱਕ ਬਣਦਾ ਸੀ ਕਨਫਰਮ ਕਰਨ ਦਾ ਜਾਂ ਨਹੀਂ। ਠੀਕ ਆ, ਹਾਂਜੀ ਦੋਸਤੋ, ਤੁਸੀਂ ਇਸ ਵੀਡੀਓ ਬਾਰੇ ਕੀ ਰਾਏ ਰੱਖਦੇ ਹੋ, ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਸਾਡਾ ਚੈਨਲ ਇਸ ਕਾਲ ਰਿਕਾਰਡਿੰਗ ਦੀ ਪੁਸ਼ਟੀ ਨਹੀਂ ਕਰਦਾ, ਇਸ ਕਾਲ ਰਿਕਾਰਡਿੰਗ ਦਾ ਸੋਰਸ ਸੋਸ਼ਲ ਮੀਡੀਆ ਹੈ। ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ।